ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਡੇਰਾ ਬਨਾਨਕ ਬਾਜੀ ਮਹੱਲੇ ਦੇ ਵਿੱਚ ਡਿੱਗੀ ਛੱਤ, ਦੋ ਔਰਤਾਂ ਨੂੰ ਭਾਰੀ ਸੱਟਾਂ ਤੇ ਹੋਇਆ ਮਾਲੀ ਨੁਕਸਾਨ। ਤਹਿਸੀਲਦਾਰ ਨੇ ਕੀਤੀ ਮਾਲੀ ਸਹਾਇਤਾ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕੋਨ ਵੀ ਦਬਾ ਲਓ। ਡੇਰਾ ਬਨਾਨਕ ਦੇ ਬਾਜੀ ਮਹੱਲੇ ਦੇ ਵਿੱਚ ਰਾਤ 8 ਵਜੇ ਦੇ ਕਰੀਬ ਇੱਕ ਘਰ ਦੀ ਛੱਤ ਅਚਾਨਕ ਡਿੱਗ ਗਈ। ਦੱਸਿਆ ਜਾ ਰਿਹਾ ਕਿ ਇਸ ਇੱਕ ਕਮਰੇ ਦੇ ਘਰ ਦੇ ਵਿੱਚ ਪੂਨਮ ਪਤਨੀ ਸਵਰਗਵਾਸੀ ਸੁਖਬੀਰ ਸਿੰਘ ਬੱਬੂ, ਜੋ ਕਿ ਇੱਕ ਡਰਾਈਵਰ ਸਨ, ਉਹਨਾਂ ਦੀ ਮਾਤਾ ਅਤੇ ਦੋ ਬੱਚੇ ਰਹਿੰਦੇ ਸਨ। ਛੱਤ ਡਿੱਗਣ ਕਾਰਨ ਪੂਰਮ ਅਤੇ ਉਹਨਾਂ ਦੀ ਮਾਤਾ ਨਿਰਮਲ ਜੀ ਛੱਤ ਥੱਲੇ ਆ ਗਏ ਤੇ ਮੁਹੱਲੇ ਵਾਲਿਆਂ ਨੇ ਬੜੀ ਮੁਸ਼ਕਤ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ। ਉਹਨਾਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਹਨ। ਉਧਰ ਪਤਾ ਲੱਗਣ ਤੇ ਡੇਰਾ ਬਨਾਨਕ ਤਹਿਸੀਲਦਾਰ ਹਰਸਿਮਰਤ ਸਿੰਘ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਹਾਦਸੇ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਬਣਦੀ ਸਹਾਇਤਾ ਸਰਕਾਰ ਵੱਲੋਂ ਜ਼ਰੂਰ ਦਿੱਤੀ ਜਾਵੇਗੀ ਤੇ ਜ਼ਿਕਰਯੋਗ ਹੈ ਕਿ ਨਾਲ ਹੀ ਉਹਨਾਂ ਨੇ ਆਪਣੇ ਵੱਲੋਂ ਵੀ ਪਰਿਵਾਰ ਦੀ ਮੌਕੇ ਤੇ ਹੀ ਮਾਲੀ ਸਹਾਇਤਾ ਵੀ ਕੀਤੀ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਕ੍ਰਿਸ਼ਨ ਗੋਪਾਲ ਦੇ ਨਾਲ ਜਤਿੰਦਰ ਕੁਮਾਰ ਦੀ ਇਹ ਵਿਸ਼ੇਸ਼ ਰਿਪੋਰਟ। ਕੀ ਗੱਲ ਹੋਈ ਰਾਤ ਅਸੀਂ ਬੈਠੇ ਤੇ ਅਸੀਂ ਵੇਖਣ ਦੇ ਬੱਚਿਆਂ ਨੂੰ ਦੇਖਣ ਡੇ ਸੀ ਰਾਤੇ ਤੇ ਸਾਨੂੰ ਕੋਈ ਪਤਾ ਨਹੀਂ, ਚੇਤਾ ਨਹੀਂ ਵੀ ਸਾਡੀ ਛੱਤ ਡਿੱਗ ਪੈਣੀ। ਦੋ ਵਾਰੀ ਕੜਕ ਦੀ ਆਵਾਜ਼ ਆਈ ਆ ਤੇ ਇੱਕਦਮ ਛੱਤ ਥੱਲੇ ਆ ਗਈ। ਸਾਨੂੰ ਕੁਛ ਨਹੀਂ ਸੁਝਿਆ ਤਾਂ ਅਸੀਂ ਥੱਲੇ ਆ ਗਏ ਹਾਂ ਛੱਤ ਤੇ। ਸਾਨੂੰ ਮੁੜ ਕੇ ਇਹਨਾਂ ਨੇ ਦੌੜ ਭੱਜ ਕਰਕੇ ਤੇ ਮੁੜ ਕੇ ਬੂਹਾ ਤੋੜ ਕੇ ਸਾਨੂੰ ਅੰਦਰੋਂ ਕੱਢਿਆ ਮਲਬੇ ਥੱਲਿਓ। ਸਾਡਾ ਕੋਈ ਬਚਾਅ ਦਾ ਹੱਲ ਨਹੀਂ ਹੈਗਾ। ਸੱਟਾਂ ਲੱਗ ਗਈਆਂ ਸਾਨੂੰ, ਗੁੱਜੀਆਂ ਸੱਟਾਂ ਬੜੀਆਂ ਲੱਗੀਆਂ। ਕਿੰਨੀ ਕਿੰਨੀ ਸੱਟ ਲੱਗੀ? ਵੋਟੀ ਨੂੰ ਜ਼ਿਆਦਾ ਲੱਗੀਆਂ, ਪੂਨਮ ਨੂੰ। ਹਾਂਜੀ, ਹੋਸਪਿਟਲ ਗਏ ਸੀ, ਉੱਥੋਂ ਇਲਾਜ ਚੱਲਣ ਡਿਆ ਉਹਨਾਂ ਦਾ। ਹੁਣ ਸਰਕਾਰ ਤੋਂ ਕੀ ਮੰਗ ਕਰਦੇ? ਅਸੀਂ ਆਨੇ ਵੀ ਸਾਡੇ ਗਰੀਬਾਂ ਦੀ ਸਹਾਇਤਾ ਕੀਤੀ ਜਾਏ, ਥੋੜ੍ਹੀ ਬਹੁਤੀ ਸਾਨੂੰ ਕੋਈ ਛੱਤ ਉੱਤੇ ਥੱਲੇ ਬਹਿਣ ਵਾਲੀ ਜਗ੍ਹਾ ਤੋਂ ਮਿਲ ਜਾਵੇ। ਪੂਨਮ, ਹਾਂ, ਮੈਂ ਪਿੰਡ ਡੇਰਾ ਬਾਬਾ ਨਾਨਕ ਦੀ ਵਾਸੀ ਅਤੇ ਪਤਨੀ ਸੁਖਬੀਰ ਸਿੰਘ ਅਤੇ ਮੈਂ ਆਪਣੇ ਦੋ ਬੱਚਿਆਂ ਦੇ ਨਾਲ ਆਪਣੇ ਘਰ ਵਿੱਚ ਇਕੱਲੀ ਰਹਿ ਰਹੀ ਹਾਂ। ਇਕੱਲੀ ਮਜ਼ਦੂਰੀ ਕਰਕੇ ਆਪਣੇ ਬੱਚੇ ਪਾਲ ਰਹੀ ਹਾਂ। ਅਚਾਨਕ ਹੀ ਕੱਲ੍ਹ ਰਾਤ ਮੇਰੇ ਉੱਤੇ ਮੇਰੀ ਕੱਚੇ ਕੋਠੇ ਦੀ ਛੱਤ ਡਿੱਗ ਪਈ ਹੈ, ਜਿਸ ਦੇ ਨਾਲ ਮੈਨੂੰ ਬਹੁਤ ਸੱਟਾਂ ਆਈਆਂ। ਮੈਂ ਬਹੁਤ ਵਾਰ ਛੱਤ ਬਦਲਣ ਵਾਸਤੇ ਕੋਸ਼ਿਸ਼ ਕੀਤੀ ਹੈ, ਪਰ ਮੇਰਾ ਕੋਈ ਨਹੀਂ, ਕੁਛ ਵੀ ਨਹੀਂ ਕਿਸੇ ਪਾਸੇ ਬਣ ਸਕਿਆ। ਮੈਂ ਬਾਲੇ ਦੀਆਂ ਛੱਤਾਂ ਬਦਲਣ ਵਾਸਤੇ ਉੱਥੇ ਵੀ ਅਪਲਾਈ ਕੀਤਾ ਹੋਇਆ ਸੀਗਾ, ਪਰ ਉਹਨਾਂ ਦੀ ਵੀ ਮੈਨੂੰ ਕੋਈ ਵੀ ਸੁਣਵਾਈ ਨਹੀਂ ਕੀਤੀ ਹੈਗੀ। ਹਾਂਜੀ, ਮੈਂ ਉੱਥੇ ਵੀ ਉਹਨਾਂ ਅਪਲਾਈ ਕੀਤਾ ਹੋਇਆ ਸੀਗਾ, ਆਪਣਾ ਨਾਮ ਦਿੱਤਾ ਸੀ। ਮੇਰੇ ਪਤੀ ਦੀ ਡੈਥ ਹੋਣ ਤੋਂ ਬਾਅਦ ਮੈਂ ਆਪਣਾ ਨਾਮ ਉੱਥੇ ਦਿੱਤਾ ਸੀ ਕਿ ਮੇਰੇ ਕੱਚੇ ਕੋਠੇ ਜਿਹੜੇ ਆ ਬਦਲਾਉਣ ਵਾਸਤੇ ਮੈਨੂੰ ਕੁਛ ਸਰਕਾਰ ਵੱਲੋਂ ਮਦਦ ਮਿਲ ਜਾਏ, ਮਗਰ ਮੈਨੂੰ ਅਜੇ ਤੱਕ ਕੋਈ ਉਧਰੋਂ ਕੁਛ ਵੀ ਹੱਲ ਨਹੀਂ ਮਿਲ ਸਕਿਆ। ਇਕੱਲੇ ਹੀ ਕਮਾਉਣ ਵਾਲੀ ਮੈਂ, ਮਜ਼ਦੂਰੀ ਕਰਕੇ ਆਪਣੇ ਦੋ ਬੱਚੇ ਪਾਲ ਰਹੀ ਹਾਂ। ਸੱਟਾਂ ਮੈਨੂੰ ਗੁੱਝੀਆਂ ਹੀ ਲੱਗੀਆਂ ਨੇ, ਮੇਰੇ ਬਹੁਤ ਲੱਗੀਆਂ ਨੇ, ਉੱਪਰਲਾ ਹਿੱਸਾ ਮੇਰਾ ਸਾਰਾ ਹੀ ਸੱਟਾਂ ਨਾਲ ਦਰਦ ਕਰ ਰਿਹਾ ਹੈ। ਮੁਹੱਲੇ ਵਾਲਿਆਂ ਨੇ ਰਾਤ ਮੈਨੂੰ ਆ ਕੇ ਮਲਬੇ ਦੇ ਥੱਲਿਓਂ ਕੱਢਿਆ ਅਤੇ ਮੇਰੀ ਜਾਨ ਬਚਾਈ ਹੈ। ਮੈਂ ਮਲਬੇ ਦੇ ਥੱਲੇ ਦੱਬ ਗਈ ਸੀ। ਮੇਰਾ ਨਾਮ ਮਹਿੰਦਰਪਾਲ ਹੈ ਜੀ, ਮਹੱਲਾ ਬਾਜੀ, ਡੇਰਾ ਬਾਬਾ ਨਾਨਕ। ਅਤੇ ਇਹ ਪਿਛਲਾ ਜਿਹੜਾ ਹੈਗਾ ਮਕਾਨ ਹੈ ਸੁਖਬੀਰ ਸਿੰਘ ਬੱਬੂ ਦਾ, ਹਾਂਜੀ, ਇਹ ਰਾਤ 7:30 8 ਦੀ ਗੱਲ ਆ ਕਿ
ਸੁਖਬੀਰ ਸਿੰਘ ਬੱਬੂ ਅਤੇ ਡਰਾਈਵਰੀ ਦਾ ਕੰਮ ਕਰਦਾ ਜੀ। ਇਹਦੀ ਡੈਥ ਹੋ ਗਈ 3 ਸਾਲ ਪਹਿਲਾਂ, ਹੈ ਜੀ, ਅਤੇ ਉਹਦੀ ਮੌਤ ਹੋ ਗਈ ਆ। ਇਸ ਤੋਂ ਬਾਅਦ ਅਚਾਨਕ ਹੀ ਰਾਤ 7 ਡਿੱਗ ਪਈ ਆ, ਅਤੇ 7 ਡਿੱਗ ਪਈ ਅਤੇ ਬੱਬੂ ਦੀ ਘਰ ਦੀ ਪੂਨਮ ਅਤੇ ਮਾਤਾ ਨਿਰਮਲਜੀਤ ਥੱਲੇ ਆ ਗਈਆਂ। ਇਹਨਾਂ ਨੂੰ ਬੜੀ ਮੁਸ਼ਕਲ ਮਤਲਬ ਜਦੋਂ ਜਦ ਕਰਕੇ ਇਹਨਾਂ ਨੂੰ ਮਿੱਟੀ ਦੇ ਥੱਲਿਓਂ ਕੱਢਿਆ, ਹਾਂਜੀ, ਅਤੇ ਆਪਣੇ ਇਹਨਾਂ ਦਾ ਇਲਾਜ ਵੀ ਚੱਲ ਰਿਹਾ ਹੋਸਪਿਟਲ, ਅਤੇ ਜ਼ਖਮੀ ਹੋ ਗਏ। ਅਤੇ ਅਸੀਂ ਮਤਲਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਡਿਊਟੀ ਕਮਿਸ਼ਨਰ ਤੋਂ ਕਿ ਇਹਨਾਂ ਦੀ ਗਰੀਬ ਪਰਿਵਾਰ ਆ, ਇਹਨਾਂ ਦੀ ਸਹਾਇਤਾ ਕੀਤੀ ਜਾਵੇ। ਅੱਜ ਮਕਾਨ ਡਿੱਗਾ ਰਾਤ ਦਾ ਜੀ, ਸਾਨੂੰ ਜੀ ਹੁਣੇ ਫੋਨ ਦੇ ਰਾਹੀਂ ਮੈਸੇਜ ਮਿਲਿਆ ਸੀਗਾ ਵੀ ਰਾਤ ਦਾ ਕੋਈ ਮਕਾਨ ਮਹੱਲਾ ਬਾਜੀ ਵਾਰਡ ਨੰਬਰ 3 ਦੇ ਵਿੱਚ ਡੇਰਾ ਬਾਬਾ ਨਾਨਕ 'ਚ ਇੱਕ ਮਕਾਨ ਗਿਰ ਗਿਆ, ਜਿਹਦੇ ਵਿੱਚ ਲੇਡੀ ਪੂਨਮ ਉਹਨਾਂ ਦੇ 2 ਬੇਟੇ ਅਤੇ ਨਾਲ ਉਹਨਾਂ ਦੀ ਮਦਰ ਰਹਿੰਦੇ ਸੀਗੇ, ਅਤੇ ਉਹ ਥੱਲੇ ਆ ਗਏ, ਉਹਨਾਂ ਦੇ ਸੱਟਾਂ ਵੀ ਲੱਗੀਆਂ। ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਮੌਕੇ 'ਤੇ ਪਹੁੰਚ ਕੇ ਦੇਖਿਆ ਵਾਕਈ ਇਹਨਾਂ ਦਾ ਕਾਫੀ ਨੁਕਸਾਨ ਹੋਇਆ, ਛੱਤ ਪੂਰੀ ਦੀ ਪੂਰੀ ਥੱਲੇ ਗਿਰ ਗਈ ਹੈ। ਅਸੀਂ ਅੱਜ ਹੀ ਜਿਹੜੀ ਸਰਕਾਰ ਨੂੰ ਇਹਦੀ ਮਦਦ ਵਾਸਤੇ ਇਹਦੀ ਰਿਪੋਰਟ ਬਣਾ ਕੇ ਪ੍ਰੋਪਰ ਸਾਰੀ ਸਰਕਾਰ ਨੂੰ ਭੇਜਾਂਗੇ। ਮਾਲੀ ਸਹਾਇਤਾ ਜੋ ਵੀ ਸਰਕਾਰ ਵੱਲੋਂ ਹਦਾਇਤਾਂ ਦੇ ਮੁਤਾਬਕ ਮਿਲੂਗੀ ਇਹਨਾਂ ਨੂੰ ਮਿਲ ਜਾਏਗੀ ਪੂਰੀ ਜੀ।